ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬੱਬੀ ਦੀ ਵੈਜੀਟੇਨ ਕਿਚਨ ਦੇ ਵਿੱਚ ਅੱਜ ਆਪਾਂ ਤੁਹਾਨੂੰ ਬੇਸਨ ਦੀ ਗੋੜ ਵਾਲੀ ਸੌਂਫ ਤੇ ਸੌਂਡ ਵਾਲੀ ਬਰਫੀ ਬਣਾ ਕੇ ਦਿਖਾਵਾਂਗੇ ਵੀਡੀਓ ਦੇਖਦੇ ਹੋਏ ਨੇ ਤਾਂ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਜੋ ਫਿਰ ਆਪਾਂ ਬਣਾਉਣਾ ਸ਼ੁਰੂ ਕਰੀਏ ਅੱਜ ਆਪਾਂ ਜਿਹੜਾ ਬੇਸਨ ਦੀ ਬਰਫੀ ਬਣਾਉਣ ਲੱਗੇ ਆਂ ਉਹਦੇ ਲਈ ਮੈਂ 500 ਗ੍ਰਾਮ ਬੇਸਨ ਲਿਆਇਆ ਇਹਨੂੰ ਮੈਂ ਛਾਣ ਲਿਆਇਆ ਫਿਰ ਛਾਣ ਕੇ ਜਿੱਦਾਂ ਵਿੱਚ ਡਲ ਨਹੀਂ ਕੋਈ ਰਹਿੰਦੀ ਹੈਗੀ ਹਨਾ ਅੱਧਾ ਕਿਲੋ ਆਪਣਾ ਬੇਸਨ ਸੀ ਤੇ ਇਹਦੇ ਵਿੱਚ ਮੈਂ ਬਣਾਉਣਾ ਹੈਗਾ ਆ ਸੌਂਫ ਤੇ ਸੁੰਡ ਵਾਲੀ ਬੇਸਨ ਦੀ ਬਰਫੀ ਬਣਾਵਾਂਗੇ ਗੁੜ ਵਾਲੀ ਪਾ ਕੇ ਹਨਾ ਇੱਕ ਵੱਡਾ ਚਮਚਾ ਸੌਂਡਾ ਦਾ ਲਿਆਇਆ ਸੌਂਫ ਦੇ 2 ਟੇਬਲस्पून ਲਿਆਇਆ ਇਹਨੂੰ ਆਪਾਂ ਪਾਊਡਰ ਕਰਨਾ ਹੈ ਹਨਾ ਤੇ ਅੱਧਾ ਕਿਲੋ ਗੁੜ ਲਿਆਇਆ ਇਹਨੂੰ ਆਪਾਂ ਨਾਈਫ ਦੇ ਨਾਲ ਕੱਟ ਲੈਣਾ ਬਰੀਕ ਬਰੀਕ ਹਨਾ ਬਟਰ ਦੇ ਵਿੱਚ ਆਪਾਂ ਬਣਾਵਾਂਗੇ ਦੋ ਟਿੱਕੇ ਮੈਂ ਬਟਰ ਦੀਆਂ ਲਈਆਂ ਆ 250 ਗ੍ਰਾਮ ਵਾਲੀ ਟਿੱਕੀ ਐ ਇਹ ਅੱਧਾ ਕਿਲੋ ਬਟਰ ਹੋ ਗਿਆ ਆਪਣਾ ਤੇ 3 ਟੇਬਲस्पून ਮੈਂ ਲੈ ਆ ਮਿਲਕ ਪਾਊਡਰ ਦੇ ਆਪਸ਼ਨਲ ਐ ਜੇ ਤੁਹਾਡੇ ਕੋਲ ਮਿਲਕ ਪਾਊਡਰ ਨਹੀਂ ਹੈਗਾ ਤੁਸੀਂ ਸਕਿਪ ਕਰ ਸਕਦੇ ਆ ਹੁਣ ਆਪਾਂ ਕੜਾਈ ਰੱਖੀਏ ਤੇ ਉਹਦੇ ਚ ਪਾ ਲਈਏ ਬਟਰ ਪਹਿਲਾਂ ਉਧਰ ਆਪਾਂ ਗੈਸ ਕੜਾਈ ਦਾ ਲਾ ਦਿੱਤਾ ਜੇ ਬਟਰ ਨੂਨ ਤੁਸੀਂ ਕੱਟ ਕੇ ਪਾਉਂਦੇ ਆ ਤਾਂ ਫਿਰ ਛੇਤੀ ਮੈਲਟ ਹੋ ਜਾਂਦਾ ਹਨ ਇਹਨੂੰ ਇਧਰ ਨਾਈਫ ਦੇ ਨਾਲ ਛੋਟਾ ਛੋਟਾ ਕਰਕੇ ਪੀਸ ਕਰ ਲੈਣੇ ਫਿਰ ਇਹਨਾਂ ਛੇਤੀ ਮੈਲਟ ਹੋ ਜਾਊਗਾ ਕੜਾਈ ਆਪਣੀ ਗਰਮ ਹੋ ਗਈ ਐ ਕਰਕੇ ਆਪਾਂ ਗੈਸ ਥੱਲੇ ਔਨ ਕੀਤਾ ਹੋਇਆ ਸੀ ਹਨਾ ਇਹਦਾ ਬਟਰ ਨੂੰ ਕੱਟ ਕੇ ਫੇਛੇ ਤੀ ਮੈਲਟ ਹੋ ਜਾਂਦਾ ਇਹਦੇ ਨਾਲ ਹਨਾ ਸਮੇ ਉਹਨੇ ਟਿੱਕੀ ਨੇ ਪੂਰੀ ਨਵੈਲਟ ਹੋਣ ਨੂੰ ਟਾਈਮ ਲੋਣਾ ਤੇ ਇਦਾਂ ਕੱਟ ਕੇ ਇਹਨੂੰ ਪਾ ਲਈਦਾ ਦੋਨੇ ਟਿੱਕੀਆਂ ਜਿਹੜੀਆਂ ਆਪਾਂ ਕੱਟ ਲਈਆਂ ਤੇ ਪਹਿਲਾਂ ਆਪਾਂ ਬਟਰ ਮੈਲਟ ਕਰ ਲਈਏ ਫੇਰ ਆਪਾਂ ਇਹਦੇ ਵਿੱਚ ਬੇਸਣ ਪਾਵਾਂਗੇ ਹਜੇ ਜਿਹੜਾ ਗੈਸ ਹੈ ਉਹ ਫੁੱਲਿਆ ਮੀਨਸ ਵੀ ਆਪਾਂ ਫੁੱਲ ਗੈਸ ਤੇ ਬਟਰ ਜਿਹੜਾ ਹੈ ਮੈਲਟ ਕਰ ਲੈਣਾ ਹੈ ਬਟਰ ਆਪਣਾ ਸਾਰਾ ਮੈਲਟ ਹੋ ਗਿਆ ਹੁਣ ਆਪਾਂ ਇਹਦੇ ਚ ਪਾ ਦਵਾਂਗੇ ਬੇਸਣ ਛਾਣਿਆ ਹੋਇਆ ਜਿਹੜਾ ਸਾਰਾ ਪਾ ਦੇਣਾ ਇਹਦੇ ਚ ਆਪਾਂ ਹਾਂ ਗੈਸ ਜਿਹੜਾ ਹੈ ਆਪਾਂ ਮੀਡੀਅਮ ਲੋ ਤੇ ਕਰ ਦਿੱਤਾ ਹੈ ਇਹਨੂੰ ਸਾਰਾ ਨਾਲ ਇਹਨ ਚੰਗੀ ਤਰ੍ਹਾਂ ਹਿਲਾ ਦੇਣਾ ਜੇ ਤੁਸੀਂ ਘਿਓ ਦੇ ਵਿੱਚ ਬਣਾਉਣਾ ਚਾਹੁੰਦੇ ਤਾਂ ਘਿਓ ਵਿੱਚ ਵੀ ਬਣਾ ਸਕਦੇ ਆ ਮੈਂ ਕੱਜ ਬਟਰ ਦੇ ਵਿੱਚ ਬਣਾਉਂਦੇ ਆ ਹਨਾ ਸੌਲਟੀ ਸੌਲਟੀ ਜਿਆ ਥੋੜਾ ਜਿਹਾ ਨਾਈਸ ਲੱਗਦਾ ਹੈ ਨਾਈਸ ਇਹਨੂੰ ਇਹਨ ਹਿਲਾ ਦੇਣਾ ਆ ਵੀ ਕੋਈ ਗੱਠੀ ਨਾ ਇਹਦੀ ਬਣੇ ਗੱਠੀ ਵੈਸੇ ਬਣਨੀ ਨਹੀਂ ਨੇ ਆਪਾਂ ਛਾਣ ਲਿਆ ਸੀ ਬੇਸਣ ਜਿਹੜਾ ਛਾਣ ਕੇ ਪਾਓ ਹਮੇਸ਼ਾ ਨਹੀਂ ਤਾਂ ਫਿਰ ਬੇਸਣ ਦੀਆਂ ਗੱਠੀਆਂ ਵੱਜ ਜਾਂਦੀਆਂ ਹਨਾ ਹੁਣ ਬੇਸਣ ਨੂੰ ਆਪਾਂ ਇਹਨ ਬਿਲਕੁਲ ਲੋ ਹੀਟ ਤੇ ਲੁੱਕ ਕਰ ਦਿੱਤਾ ਇਹਨ ਦੀਵੇ ਵਾਂਗੂ ਇਦਾਂ ਪੁੰਨਾਇਆ ਹਨਾ ਜਦੋਂ ਫੁੱਲ ਗੈਸ ਤੇ ਪੁੰਨਦੇ ਆ ਬੇਸਨ ਤਾਂ ਪੁੱਜ ਜਾਂਦਾ ਆ ਪਰ ਉਹ ਕੱਚਾ ਰਹਿ ਜਾਂਦਾ ਅੰਦਰੋਂ ਹਨਾ ਫਿਰ ਜਦੋਂ ਖਾਣਾਏ ਉਹ ਫਿਰ ਗਲੇ ਨੂੰ ਚੁੰਬੜਦਾ ਸੰਗ ਨਾ ਲੱਗਦਾ ਰਹਿੰਦਾ ਹਨਾ ਹੁਣ ਇਹਨੂੰ ਲੋ ਹੀਟ ਤੇ ਇਦਾਂ ਨਾਣ ਨਾਣ ਪੁੱਜਦਾ ਰੋਗਾ ਨਾਣ ਨਾਣ ਆਪਾਂ ਗੁੜ ਜਿਹੜਾ ਆ ਬਰੀਕ ਬਰੀਕ ਕੱਟ ਲੈਣਾ ਨਾਈਫ ਦੇ ਨਾਲ ਆਪਾਂ ਗੁੜ ਨੂੰ ਇਦਾਂ ਨਾਈਫ ਦੇ ਨਾਲ ਬਰੀਕ ਬਰੀਕ ਜਿਹੜਾ ਆ ਚੋਪਿੰਗ ਬੋਰਡ ਤੇ ਰੱਖ ਕੇ ਇਹਦੇ ਬਰੀਕ ਬਰੀਕ ਕੱਟ ਲੈਣਾ ਹਨਾ ਸਾਰਾ ਹੁਣ ਉਧਰ ਨਾਣ ਨਾਲ ਪੁੱਜਦਾ ਆ ਬੇਸਨ ਉਹ ਚ ਵੀ ਕਟਛੀ ਫੇਰੀ ਜਾਣੀ ਆ ਕਿ ਉਹ ਥੱਲੇ ਨਾ ਲੱਗ ਜਵੇ ਹਨਾ ਨਾਣ ਨਾਲ ਆਪਾਂ ਗੁ 400 ਗ੍ਰਾਮ ਮੈਂ ਸਾਰਾ ਕੱਟ ਲਿਆ ਤੇ 100 ਗ੍ਰਾਮ ਇਨੀ ਗਡਲੀ ਮੈਂ ਰੱਖ ਲਈ ਐ ਜੇ ਲੋੜ ਪਊਗੀ ਤਾਂ ਆਪਾਂ ਪੂਰਾ ਸਾਰਾ ਪਾ ਲਵਾਂਗੇ ਮੇਰੇ ਖਿਆਲ ਜਿਆਦਾ ਮਿੱਠਾ ਹੋ ਜਾਣਾ ਹਨਾ ਆ ਮੈਂ ਇਨਾ ਕ ਰੱਖ ਲਿਆ ਪੀਸ 100 ਗ੍ਰਾਮ ਇਹ ਜਿਹੜਾ ਰੱਖਿਆ 400 ਗ੍ਰਾਮ ਆਪਾਂ ਕੱਟ ਲਿਆ ਐ ਇਧਰ ਆਪਣਾ ਬੇਸਣ ਵੀ ਸੋਨਾ ਨਾਈਸ ਹੋਈ ਜਾਂਦਾ ਲੋਖ ਐਦਾਂ ਨਾਲ ਨਾਲ ਮੇਰੇ ਚ ਕਟਛੀ ਫੇਰੀ ਗਈਆਂ ਲੋਖਣ ਥੋੜੇ ਜਿਹਾ ਸੌਫਟ ਹੋ ਗਿਆ ਨਾ ਹੁਣ ਕਟਛੀ ਸੌਖੀ ਥੋੜੀ ਜਿਹੀ ਫਿਰਦੀ ਐ ਪਰ ਹਜੇ ਭੁੱਜਿਆ ਨਹੀਂ ਗਾ ਇਹ ਜਦੋਂ ਭੁੱਜ ਜਾਣਾ ਫਿਰ ਇਹਨਾਂ ਪਤਲਾ ਪਾਣੀ ਵਾਂਗੂ ਹੋ ਜਾਣਾ ਹਨਾ ਲੋ ਹੀਟ ਤੇ ਨਾਲ-ਨਾਲ ਹਲਾ-ਹਲਾ ਫਿਰ ਉਹਨਾਂ ਗੌੜਾਪਾ ਕੋਟਲੇ ਸੀ ਹੁਣ ਆਪਾਂ ਸੌਫ ਜਿਹੜੀ ਲਈ ਆ 2 ਟੇਬਲस्पून ਇਹਨਾਂ ਨੂੰ ਆਪਾਂ ਮਿਕਸੀ ਚ ਪਾ ਕੇ ਤਾਂ ਇਹਨੂੰ ਵੀ ਆਪਾਂ ਪੀ ਲੈਨੇ ਆ ਜਿਆਦਾ ਜਿੱਦਾਂ ਫਾਈਨ ਪਾਊਡਰ ਨਹੀਂ ਬਣਾਉਣਾ ਥੋੜੀ ਥੋੜੀ ਜੀ ਵਿੱਚ ਦਿਸਦੀ ਹੋਣੀ ਚਾਹੀਦੀ ਹੈ ਨਾ ਨਾਲ ਨਾਲ ਆਪਾਂ ਜਿੱਦਾਂ ਇਦਾਂ ਸਾਰੇ ਕੰਮ ਕਰੀ ਜਾਣੇ ਆ ਆਪਾਂ ਟ੍ਰੇ ਵੀ ਇਦਾਂ ਹਨਾ ਬਟਰ ਪੇਪਰ ਲਾ ਕੇ ਮੈਂ ਇਹਦੇ 'ਚ ਇੱਥੇ ਕਿਉ ਲਾ ਕੇ ਇਹਨੂੰ ਗ੍ਰੀਸ ਕਰਕੇ ਰੱਖ ਲਿਆ ਆ ਯਾਨੀ ਨਾਲ ਨਾਲ ਆਪਾਂ ਸਾਰਾ ਭਾਂਡੇ ਵੀ ਸੈੱਟ ਕਰ ਲੈਨੇ ਜਿਹਦੇ 'ਚ ਕੱਢਣਾ ਆ ਹਨਾ ਹੁਣ ਦੇਖੋ ਆਪਣੇ ਬੇਸਨ ਦਾ ਰੰਗ ਕਿੰਨਾ ਕਲਰ ਚੇਂਜ ਹੋ ਗਿਆ ਨਾ ਹੋਣ ਐਨ ਪਾਣੀ ਵਾਂਗੂ ਪਤਲਾ ਹੈ ਕੋਈ ਜਾਂਦਾ ਜਿੱਦੇ ਜਿੱਦਾ ਪੁੱਜੀ ਜਾਣਾ ਉਦੋਂ ਉਦੋਂ ਐਨੇ ਘਿਓ ਛੱਡੀ ਜਾਣਾ ਤੇ ਪਤਲਾ ਹੋਈ ਜਾਣਾ ਹਨ ਹੁਣ ਕੜਛੀ ਬਹੁਤ ਈਜ਼ੀ ਫਿਰਦੀ ਐਨ ਕਲਰ ਥੋੜਾ ਜਿਹਾ ਆਪਾਂ ਹੋਰ ਇਹਦਾ ਹਜੇ ਚੇਂਜ ਕਰਾਂਗੇ ਹਜੇ ਥੋੜਾ ਥੋੜਾ ਚਿੱਟਾ ਆ ਹਨ ਐਨ ਤਸੱਲੀ ਦੇ ਨਾਲ ਜਿਹੜਾ ਬੇਸਣ ਐ ਉਹ ਪੁੱਜਾ ਹੋਣਾ ਚਾਹੀਦਾ ਆ ਤੱਤ ਭੜਾਤ ਦੇ ਨਾਲ ਤਾਂ ਫੇਰ ਕੁਛ ਨਹੀਂ ਐਵੇਂ ਸਮਾਨ ਖਰਾਬ ਕਰਨ ਵਾਲੀ ਗੱਲ ਆ ਹਨ ਆਪਣਾ ਬੇਸਣ ਜਿਹੜਾ ਆ 80% ਜਿੱਦਾਂ ਪੁੱਜ ਗਿਆ ਆ ਜਦੋਂ ਇਹਨਾਂ ਘੁੱਜਾ ਹੋਵੇ ਫੇਰ ਇਹਦੇ ਵਿੱਚ ਆਪਾਂ ਸੌਫ ਪਾਉਣੀ ਆ ਕਰਕੇ ਸੌਫ ਆਪਾਂ ਭੁੰਨ ਕੇ ਨਹੀਂ ਸੀ ਨਾ ਪਾਈ ਸੌਫ ਆਪਾਂ ਕੱਚੀ ਜਿਹੜੀ ਸੀਗੀ ਕੱਚੀ ਨੂੰ ਹੀ ਆਪਾਂ ਅਪੀ ਲੈ ਆ ਸਕਾ ਹਨ ਨਾਲੇ ਆਪਾਂ ਪਾ ਦੇਣੀ ਆ ਸੁੰਡ ਜਿੰਜਰ ਪਾਊਡਰ ਵੀ ਕਹਿ ਦਿੰਦੇ ਇਹਨੂੰ ਹਨ ਜੇ ਤੁਸੀਂ ਇਹਦੇ ਵਿੱਚ ਜੇ ਤੁਸੀਂ ਡਰਾਈ ਫਰੂਟ ਪਾਉਣਾ ਚਾਹੁੰਦੇ ਤਾਂ ਉਹ ਵੀ ਪਾ ਸਕਦੇ ਆ ਮੈਂ ਥੋੜੇ ਜਿਹਾ ਇਹਦੇ ਵਿੱਚ ਮਗਜ ਪਾਏ ਆ 1 ਟੇਬਲस्पून 1 ਟੇਬਲस्पून ਆਪਾਂ ਪਾਏ ਆ ਪੰਪਕਿਨ ਸੀਡ ਹਨਾ ਮੈਂ ਕਿ ਚੱਲ ਇਹ ਵੀ ਵਿੱਚ ਪਾ ਦਿੰਦੇ ਨਾਈਸ ਹੋ ਜਾਊਗਾ ਰੋਸਟ ਹੋ ਜਾਣੇ ਇਹ ਵੀ ਹੁਣ ਨਾਲ ਨਾਲ ਹਨਾ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਈਏ 10 ਕਮਿੰਟ ਮੇ ਰੱਖੇ ਲਿਆ ਹੋਰ ਲੱਗੂਗੇ ਟਾਈਮ ਦੀ ਨਹੀਂ ਇਹਦੇ ਚ ਅਕੋਰਡਿੰਗ ਕਰਨੀ ਹੈਗੀ ਤਸੱਲੀ ਦੇ ਨਾਲ ਭੁੰਨਣਾ ਹੈ ਹਨਾ ਆਪਣਾ ਬੇਸਨ ਜਿਹੜਾ ਹੈ ਤਕਰੀਬਨ ਸਾਰਾ ਪੁੱਜ ਗਿਆ ਹੈ ਹੁਣ ਆਪਾਂ ਇਹਦੇ ਚ ਪਾ ਦਵਾਂਗੇ ਮਿਲਕ ਪਾਊਡਰ ਜੇ ਤੁਹਾਡੇ ਕੋਲ ਹੈਗਾ ਤਾਂ ਪਾ ਲਓ ਨਹੀਂ ਹੈਗਾ ਤਾਂ ਬਿਸ਼ੱਕ ਦੇ ਸਕਿੱਪ ਕਰ ਸਕਦੇ ਹਨਾ ਤੁਸੀਂ ਇਹਨੂੰ ਆਪਾਂ 2 ਕਮਿੰਟ ਇਹਦੇ ਚ ਭੁੰਨ ਲਈਏ 2 ਕਮਿੰਟ ਆਪਾਂ ਇਹਦੇ ਚ ਮਿਲਕ ਪਾਊਡਰ ਜਿਹੜਾ ਆਪਣਾ ਭੁੰਨ ਲਿਆ ਹੁਣ ਆਪਾਂ ਜਿਹੜਾ ਪਗੜ ਪੀ ਕੇ ਰੱਖਿਆ ਹੈ ਸਾਰਾ ਆਪਾਂ ਇਹਦੇ ਚ ਐਡ ਕਰ ਦੇਣਾ ਹਨਾ ਵੀਡੀਓ ਜੇ ਦੇਖਦੇ ਹੋ ਨੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੇ ਨਵੇਂ ਆ ਜਿਨ੍ਹਾਂ ਨੇ ਕੀਤਾ ਹੈ ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ ਇਹਨੂੰ ਹੁਣ ਆਪਾਂ ਗੈਸ ਜਿਹੜਾ ਹਜੇ ਬੰਦ ਨਹੀਂ ਕੀਤਾ ਹੈਗਾ ਇਹਨੂੰ ਚੰਗੀ ਤਰ੍ਹਾਂ ਆਪਾਂ ਮੈਲਟ ਕਰ ਲਈਏ ਤੇ ਗੈਸ ਬੰਦ ਕਰ ਦੇਣਾ ਫੇਰ ਹਨਾ ਮਿਕਸ ਕਰਕੇ ਹੀ ਆਪਾਂ ਬੰਦ ਕਰ ਦੇਣਾ ਮੜੇਜ ਵਿੱਚ ਮਿਕਸ ਕਰ ਲਈਏ ਦੋ ਕਮਿੰਟ ਫੇਰ ਆਪਣਾ ਕੜਾਈ ਤਾਂ ਗਰਮ ਹੈ ਹਨਾ ਤਾਂ ਆਪਾਂ ਗੈਸ ਬੰਦ ਕਰ ਦੇਣਾ ਫੇਰ ਗੈਸ ਮੇ ਇਹਦਾ ਹੁਣ ਦੋ ਕਮਿੰਟ ਹੋ ਗਿਆ ਸੀ ਬੰਦ ਕਰ ਦਿੱਤਾ ਗੁੜ ਜਿਹੜਾ ਆਪਣਾ ਹਜੇ ਚੰਗੀ ਤਰ੍ਹਾਂ ਮੈਲਟ ਨਹੀਂ ਹੋਇਆ ਹੈਗਾ ਕਰਕੇ ਕੜਾਈ ਆਪਣੀ ਬਹੁਤ ਗਰਮ ਹੈ ਹਨਾ ਫੇਰ ਜੇ ਜ਼ਿਆਦਾ ਆਪਾਂ ਗੈਸ ਚੱਲਦਾ ਰ ਤੇ ਗੁੜ ਆਪਣਾ ਫਿਰ ਚੜ ਜਾਣਾ ਆ ਉਹ ਜਿਦਾ ਪੱਤੇ ਚੜੀ ਹੁੰਦੀ ਨਾ ਇਦਾਂ ਚੜ ਜਾਣਾ ਤਾਂ ਕਰਕੇ ਫਿਰ ਗੈਸ ਜਿਹੜਾ ਹੈ ਬੰਦ ਕਰ ਦਿੱਤਾ ਹਨ ਹੁਣ ਇਹ ਗਰਮੀ ਇੰਨਾ ਆ ਕਿ ਇਹਦੇ ਨਾਲ ਗੁੜ ਜਿਹੜਾ ਆਪੇ ਮੈਲਟ ਹੋ ਜਾਣਾ ਆਪਣਾ ਗੁੜ ਜਿਹੜਾ ਆ ਐਨ ਇਹਦੇ ਚ ਚੰਗੀ ਤਰ੍ਹਾਂ ਮੈਲਟ ਹੋ ਗਿਆ ਹੈ ਤੇ ਹੁਣ ਆਪਾਂ ਜਿਹੜੀ ਟ੍ਰੇ ਰੱਖੀ ਹੋਈ ਆ ਕਿਉ ਲਾ ਕੇ ਉਹਦੇ ਚ ਇਹਨੂੰ ਸ਼ਿਫਟ ਕਰ ਦੇਣਾ ਇਹਨੂੰ ਆਪਾਂ ਸਾਰੇ ਨੂੰ ਹੁਣ ਕੜਾਈ ਦੇ ਵਿੱਚ ਸ਼ਿਫਟ ਕਰ ਦੇਣਾ ਸੌਰੀ ਟ੍ਰੇ ਦੇ ਵਿੱਚ ਨਾਲ ਦੀ ਨਾਲ ਇਹਨੂੰ ਸੈੱਟ ਕਰ ਦੇਣਾ ਸਾਰਿਆਂ ਨੂੰ ਬਹੁਤ ਸੋਹਣੀ ਬਰਫੀ ਆਪਣੀ ਬਣ ਜਾਣੀ ਹੈ ਆਪਾਂ ਟ੍ਰੇ ਚ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਦਿੱਤਾ। ਹੁਣ ਇਹਦੇ ਉੱਪਰ ਵੀ ਆਪਾਂ ਥੋੜੇ ਜਿਹਾ ਪੰਪਕਿਨ ਸੀਡ ਤੇ ਮੱਕ ਜਿਹੜੇ ਲਾਦਨੇ ਜੋ ਮਰਜ਼ੀ ਡ్రਾਈ ਫਰੂਟ ਤੁਸੀਂ ਉੱਤੇ ਲਾ ਸਕਦੇ ਆ। ਇਹਨੂੰ ਪੋਲਾ-ਪੋਲਾ ਉੱਪਰੋਂ ਭਾਈ ਦਾ ਨੱਪ ਦਿੰਨੇ ਆ ਤੇ ਹੁਣ ਇਹਨੂੰ ਠੰਡਾ ਹੋਣ ਦਿੰਨੇ ਆ ਆਪਾਂ 2 ਘੰਟੇ ਲਈ ਤਾਂ ਫੇਰ ਪੀਸ ਕੱਟ ਕੇ ਦਿਖਾਉਨੇ ਆ ਆਪਣੀ ਗੋੜ ਵਾਲੀ ਸੌਂਫ ਤੇ ਸੁੰਡ ਵਾਲੀ ਬਰਫੀ ਜਿਹੜੀ ਆ ਰੈਡੀ ਹੋ ਜਾਣੀ ਆ ਤੇ ਆਪਾਂ ਕੱਟ ਕੇ ਤੁਹਾਨੂੰ ਦਿਖਾਉਨੇ ਆ ਠੀਕ ਆ ਹੁਣ ਇਹਨੂੰ ਠੰਡਾ ਕਰ ਲਈ ਰਹਿਣ ਦੇ ਦੇ ਆਪਣੀ ਬੇਸਣ ਦੀ ਬਰਫੀ ਪਏ ਨੂੰ 1-2 ਘੰਟੇ ਹੋਗਾ ਐਂ ਜੰਮੀ ਪਈ ਐ ਲੁੱਕ ਹੁਣ ਆਪਾਂ ਕੱਟ ਕੇ ਦਿਖਾਉਂਦੇ ਇਹਨੂੰ ਤੁਹਾਨੂੰ ਵੀ ਪੀਸ ਕਿੱਦਾਂ ਦੇ ਨਿਕਲਦੇ ਹਨਾ ਨਾਈਸ ਕੱਟ ਹੁੰਦੀ ਨਾ ਕੱਟਣ ਤੋਂ ਪਤਾ ਲੱਗ ਜਾਂਦਾ ਲੁੱਕ ਨਾਈਫ ਸਾਫ ਹੋਣਾ ਨਾ ਆਪਾਂ ਥੱਲੇ ਬਟਰ ਪੇਪਰ ਲਾਇਆ ਇਹਨੂੰ ਆਪਾਂ ਕੱਢ ਵੀ ਸਕਦੇ ਹਾਂ ਬਟਰ ਪੇਪਰ ਚੋਂ ਨਾ ਇਦਾਂ ਟਰੇ ਚੋਂ ਕੱਢ ਕੇ ਫੇਰ ਥੱਲੇ ਫੇਰ ਰੱਖ ਕੇ ਕੱਟਦੇ ਆ ਆਪਾਂ ਟਰੇ ਚੋਂ ਬਾਹਰ ਕੱਢ ਲਈ ਤੇ ਇਹਨੂੰ ਹੁਣ ਆਪਾਂ ਕੱਟ ਕਰ ਦੇਣਾ ਇਦਾਂ ਨਾਈਸ ਐਂ ਸਾਈਜ਼ ਤੁਸੀਂ ਆਪਣੇ ਹਿਸਾਬ ਨਾਲ ਬਣਾ ਲੈਣੇ ਵੱਡੇ ਛੋਟੇ ਜਿੰਦਾਂ ਦੇ ਰੱਖਣੇ ਆ ਸਾਰੇ ਕੱਟ ਕੇ ਪਲੇਟਿੰਗ ਕਰਕੇ ਫੇਰ ਦਿਖਾਉਣੀ ਐ ਕੱਟੀ ਹੋਈ ਸੌਫਟ ਸੌ ਕਿੰਨੀ ਸੋਹਣੀ ਕੱਟ ਹੋਈ ਹੈ ਹਨ ਐਨ ਪੀਸ ਬਣੇ ਪਏ ਆ ਨਾਈਸ ਹਨ ਲਓ ਜੀ ਆਪਾਂ ਆਪਣੀ ਗੁੜ ਵਾਲੀ ਸੌਂਫ ਤੇ ਸੁੰਡ ਵਾਲੀ ਬਰਫੀ ਜਿਹੜੀ ਆ ਕੱਢ ਲਈ ਆ ਬਰਫੀ ਬਹੁਤ ਵਧੀਆ ਬਣੀ ਆ ਗੁੜ ਵਾਲੀ ਤੁਸੀਂ ਵੀ ਦੇਖੋ ਬਣਾ ਕੇ ਵੀਡੀਓ ਦੇਖਦੇ ਹੋ ਨਾ ਤਾਂ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਵੈਰੀ ਮੱਚ ਥੈਂਕ ਯੂ ਮਿੱਠਾ ਸੀ ਇਹਦਾ ਦੇਖ ਲਿਆ ਮਿੱਠਾ ਬਹੁਤ ਵਧੀਆ ਆ ਜੇ ਆਪਾਂ ਸਾਰਾ ਪਾ ਲੰਦੇ ਤੇ ਫਿਰ ਉਹ ਜਿਆਦਾ ਮਿੱਠਾ ਹੋ ਜਾਣਾ ਸੀ ਹਨਾ ਮਿੱਠਾ 400 ਗ੍ਰਾਮ ਬਹੁਤ ਵਧੀਆ ਰਿਹਾ ਹੈ ਵੀਡੀਓ ਦੇਖਣ ਦਾ ਥੈਂਕ ਯੂ ਵੈਰੀ ਮਚ ਥੈਂਕ ਯੂ